ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਬਿਜਲੀ ਮੀਟਰਾਂ ਤੇ ਬਿੱਲਾਂ ਨੂੰ ਲੈ ਕੇ ਆ ਰਹੀ ਹੈ ਵੱਡੀ ਖਬਰ ਖਿੱਚੋ ਹੁਣ ਤਿਆਰੀਆਂ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਹੈ ਉਹ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਬਿਜਲੀ ਜਿਸ ਤਰ੍ਹਾਂ ਮਹਿੰਗੀ ਹੁੰਦੀ ਜਾ ਰਹੀ ਹੈ ਉਸ ਤੇ ਨਾ ਚੱਲਦੇ ਆਮ ਲੋਕਾਂ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਤੋਂ ਅਸੀਂ ਸਾਰੂ ਹੀ ਜਾਣੇ ਹਾਂ ਹੋ ਨਾ ਬਿਜਲੀ ਮੀਟਰ ਲਾਂਚ ਕਰਨ ਦੇ ਆਦੇਸ਼ ਦਿੱਤੇ ਗਏ ਨੇ ਜਿਸ ਦੇ ਚਲਦੇ ਹੁਣ ਘਰਾਂ ਦੇ ਮੀਟਰ ਤਾਂ ਬਿੱਲ ਤੁਹਾਨੂੰ ਈਮੇਲ ਜਾਂ ਰਜਿਸਟਰਡ ਮੋਬਾਈਲ ਨੰਬਰ ਤੇ ਮੈਸੇਜ ਰਾਹੀਂ ਮਿਲੇਗਾ ਵੱਖ-ਵੱਖ ਤਰੀਕੇ ਦੀ ਮੀਟਰ ਹੁਣ ਤੁਹਾਡੇ ਘਰ ਦੇ ਵਿੱਚ ਲੱਗਣ ਜਾ ਰਹੇ ਨੇ ਜਿਸ ਦਾ ਸਬੰਧ ਸਿੱਧੇ ਤੌਰ ਤੇ ਆਨਲਾਈਨ ਬਿੱਲਾਂ ਦੇ ਨਾਲ ਜੋੜਿਆ ਹੋਇਆ ਹੈ ਸ਼ਹਿਰਾਂ 'ਚ ਜੇ ਮੀਟਰ ਲੱਗਨੇ ਸ਼ੁਰੂ ਹੋ ਚੁੱਕੇ ਨੇ ਤੁਸੀਂ ਇਹਨਾਂ ਬਿੱਲਾਂ ਦਾ ਭੁਗਤਾਨ ਕਿਸ ਤਰ੍ਹਾਂ ਨਾਲ ਕਰਨਾ ਹੈ ਇਹ ਤੁਹਾਡੇ ਉੱਪਰ ਨਿਰਭਰ ਹੈ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਏਗਾ ਕਿ ਬਿਜਲੀ ਦੀ ਚੋਰੀ ਤੋਂ ਰੋਕ ਲੱਗੇਗੀ ਦੱਸਣਾ ਬੰਦਾ ਹੈ ਕਿ ਸਰਕਾਰ ਦੇ ਵੱਲੋਂ ਇਸ ਪ੍ਰਸਤਾਵ ਨੂੰ ਹਰੇਕ ਘਰ ਵਿੱਚ ਲਗਾਉਣ ਦਾ ਪ੍ਰਸਤਾਵ ਪਾਸ ਹੋ ਚੁੱਕਾ ਹੈ ਹੁਣ ਖਪਤਕਰ ਆਪਣੇ ਹਿਸਾਬ ਦੇ ਨਾਲ ਰੀਚਾਰਜ ਕਰਵਾ ਸਕੇਗਾ ਅਤੇ ਪੋਸਟਪੇਡ ਦੀ ਸਹੂਲਤਾ ਬਿੱਲ ਸਮਾਰਟਫੋਨ ਤੇ ਈਮੇਲ ਉੱਤੇ ਆ ਜਾਵੇਗੀ। ਇਹ ਰੀਚਾਰਜ ਖਤਮ ਹੋਣ ਤੋਂ 48 ਘੰਟੇ ਪਹਿਲਾਂ ਇੱਕ ਮੈਸੇਜ ਆਏਗਾ ਜਿਸ ਦੇ ਵਿੱਚ ਤੁਹਾਨੂੰ ਸਮਾਰਟ ਮੀਟਰ ਦਾ ਰੀਚਾਰਜ ਖਤਮ ਹੋਣ ਬਾਰੇ ਜਾਣਕਾਰੀ ਦਿੱਤੀ ਜਾਏਗੀ ਤਾਂ ਜੋ ਤੁਸੀਂ ਸਮੇਂ ਸਿਰ ਰੀਚਾਰਜ ਕਰਵਾ ਸਕੋ। ਜ਼ਰੂਰੀ ਜਾਣਕਾਰੀ ਦਸੰయోగ ਹੈ। ਇਸ ਦਾ ਸਾਰਾ ਡਾਟਾ ਪਟਿਆਲੇ ਵਿੱਚ ਦੇਖਿਆ ਜਾਏਗਾ ਖਬਰ ਉਲਾਸ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ